फगवाड़ा दीयां लेटेस्ट खबरां नूं सब तो पहला देखने लई फगवाड़ा प्राइम टाइम टीवी चैनल नूं सबसक्राइब करो एंड बैल आइकन नूं प्रेस करो। श्री अकाल दर्शकों, मैं हाँ एकम अरोड़ा फगवाड़ा प्राइम टाइम टीवी तो जिवें कि साडे कपूरथला दे डीसी श्रीमती दिप्ती उप्पल ने लोकां दे सवालां दे जवाब दित्ते ते असीं तुहानूं उहनां दी हाईलाइट्स दस्सांगे। ते चलो जी, उहनां दी हाईलाइट्स नूं शुरू करदे हां। उहनां ने अपने बयान विच दस्सिया है कि अज तक जिले दे विच 647 कोरोना दे कुल मामले आ चुके हन ते उहनां विचों 130 लोकां दी दुखद मौत भी हो चुकी है। उहनां दा टारगेट है कि जिले विच आपां वध तों वध कोरोना दे टेस्ट करिए। जानकारी दे हिसाब नाल हले तक जिले विच रोजाना 2000 सैंपल ले जा रहे हन ते उहनां दी पूरी हाईलाइट देखण लई इस वीडियो नूं अंत तक देखो। सत श्री अकाल जी, अज जिहड़ा साडा लाइव सैशन है बेसिकली तुहाडे नाल गलबात ही करनी है कि कोरोना नूं लै के जिहड़ी जिहड़ी गल्लां जिहड़े जिहड़े क्वेश्चन्स तुहाडे सारिआं दे दिमाग 'च चल रहे हैं। असीं कोशिश कर रहे हैं कि असीं ओह सारे तुहानूं जवाब दे सकीए सो दैट जिहड़ी महामारी इस टाइम फैली हुई है उहनूं असीं मिल के सिचुएशन नूं सॉल्व कर सकीए। ਤੁਹਾਡੇ ਕੁਐਸਚਨਸ ਮੇਰੇ ਕੋਲ ਕਾਫੀ ਆ ਚੁੱਕੇ ਹੈ। ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜ਼ਿਲ੍ਹੇ 'ਚ ਇਸ ਟਾਈਮ ਕਰੋਨਾ ਨਾਲ ਕਿੰਨੇ ਸੰਕ੍ਰਮਿਤ ਕੇਸਿਸ ਹੈ ਉਹ ਸਾਰੇ ਬਾਰੇ ਤੁਹਾਨੂੰ ਦੱਸਣਾ ਚਾਹੂੰਗੀ। ਹੁਣ ਤੱਕ ਦੀ ਰਿਪੋਰਟ, ਅਜੇ ਤੱਕ ਸਾਡੇ ਕੋਲ 647 ਕੇਸ ਐਕਟਿਵ ਚੱਲ ਰਹੇ ਨੇ, ਕਰੋਨਾ ਪੀਰੀਅਡ ਚੱਲ ਰਹੇ ਹੈ। 138 ਡੈਥਸ ਹੋ ਗਈ ਹੈ, ਇਹ ਰਿਪੋਰਟ ਅੱਜ ਦੀ ਰਿਪੋਰਟ, ਹਜੇ ਘੰਟੇ ਤੱਕ ਹੋਰ ਕੰਪਾਈਲ ਹੋਏਗੀ ਲੇਕਿਨ ਹੁਣ ਤੱਕ ਦੀ 138 ਡੈਥਸ ਹੋ ਚੁੱਕੀਆਂ ਨੇ। 647 ਕੇਸਿਸ ਐਕਟਿਵ ਚੱਲ ਰਹੇ ਨੇ। ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜ਼ਿਲ੍ਹੇ 'ਚ ਤੁਹਾਡੇ ਸਹਿਯੋਗ ਨਾਲ ਆਪਾਂ ਸੈਂਪਲਿੰਗ ਨੂੰ ਵਧਾਇਆ ਹੋਇਆ ਹੈ। ਤਕਰੀਬਨ 2000 ਸੈਂਪਲ ਸਾਡੇ ਕੱਲ੍ਹ ਦੀ ਤਰੀਕ 'ਚ ਲਿੱਤੇ ਗਏ ਨੇ, ਅੱਜ ਵੀ ਤਕਰੀਬਨ ਉਨਾ ਹੀ ਨੰਬਰ ਆਪਣੇ ਕੋਲ ਆਇਆ ਹੈ। ਸੈਂਪਲਿੰਗ ਵਧਾਉਣ ਦਾ ਇੱਕ ਹੀ ਫਾਇਦਾ ਮੇਨ ਹੁੰਦਾ ਹੈ ਕਿ ਕੇਸ ਨੂੰ ਜਲਦੀ ਅਸੀਂ ਪਕੜ ਲਈਏ ਸੋ ਦੈਟ ਕਿਸੇ ਤਰ੍ਹਾਂ ਦੀ ਕੋਈ ਸੀਰੀਅਸ ਨੇਚਰ ਦੀ ਪ੍ਰੋਬਲਮ ਨਾ ਆ ਜਾਵੇ ਅਤੇ ਨਾਲ ਕੇਸ ਟਾਈਮਲੀ ਜਿਹੜਾ ਪਤਾ ਲੱਗ ਜਾਂਦਾ ਹੈ ਤਾਂ ਜਿਹੜਾ ਕੈਰੀਅਰ ਬਣ ਕੇ ਬਾਕੀ ਇਨਫੈਕਸ਼ਨ ਨਾ ਫੈਲੇ ਉਹਦੇ ਲਈ ਇਟ ਇਜ਼ ਇੰਪੋਰਟੈਂਟ ਕਿ ਅਸੀਂ ਟੈਸਟਿੰਗ ਨੂੰ ਬੜਾਵਾ ਦੇਈਏ ਅਤੇ ਤਾਂ ਹੀ ਹੁਣ ਸੈਂਪਲਿੰਗ ਸਿਰਫ ਔਰ ਸਿਰਫ ਤੁਹਾਡੇ ਸਹਿਯੋਗ ਨਾਲ ਹੀ ਆਪਾਂ 2000 ਦੇ ਨੰਬਰ 'ਤੇ ਪਹੁੰਚ ਗਏ ਹਾਂ। ਹਰ ਰੋਜ਼ ਦੇ 1800-2000 ਸੈਂਪਲ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦਾ ਜਿਹੜਾ CFR ਹੈ ਉਹ ਹਜੇ ਵੀ ਸਭ ਤੋਂ ਜ਼ਿਆਦਾ ਹੀ ਚੱਲ ਰਿਹਾ ਹੈ, ਅਸੀਂ 4.3 'ਤੇ ਹੈ। ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਟੈਸਟ ਵੱਧ ਤੋਂ ਵੱਧ ਕਰੀਏ, ਜਾਨਾਂ ਨੂੰ ਬਚਾਈਏ, ਬਜ਼ੁਰਗਾਂ ਨੂੰ ਬਚਾਈਏ, ਕੋਮੋਰਬਿਡ ਪੇਸ਼ੈਂਟਸ ਨੂੰ ਬਚਾਈਏ। ਅਸੀਂ ਕਾਫੀ ਐਫਰਟਸ ਇਸ ਲਾਈਨ 'ਤੇ ਨਵੇਂ ਸਟੈਪਸ ਲਿੱਤੇ ਹੈ, ਜਿਵੇਂ ਹੋਮ ਆਈਸੋਲੇਸ਼ਨ 'ਚ ਜਿਹੜੇ ਕੇਸਿਸ ਹੈ ਉਹਦੇ ਲਈ ਅਸੀਂ ਵੱਖਰਾ ਡਾਟਾ ਸੈਂਟਰ ਬਣਾਇਆ ਹੈ ਜਿਹਦੇ 'ਚ NCC ਦੇ ਕਾਡਰਸ ਨੂੰ ਅਸੀਂ ਲਗਾਇਆ ਹੈ। ਯੂਜਲੀ ਉਹੀ ਤੁਹਾਨੂੰ ਕਾਲ ਕਰਦੇ ਹੈ ਜਿਹੜੇ ਹੋਮ ਆਈਸੋਲੇਸ਼ਨ ਦੇ ਕੇਸਿਸ ਹੈ, ਉਹਨਾਂ ਨੂੰ ਕਾਲ ਕਰਦੇ ਹੈ, ਤੁਹਾਡੇ ਵਾਈਟਲਸ ਦੇ ਬਾਰੇ ਇਨਫੋਰਮੇਸ਼ਨ ਲੈਂਦੇ ਹੈ, ਤੁਹਾਡੀ ਤਬੀਅਤ ਠੀਕ ਹੈ ਜਾਂ ਨਹੀਂ ਉਹਦੇ ਬਾਰੇ ਇਨਫੋਰਮੇਸ਼ਨ ਲੈਂਦੇ ਹੈ। ਉਹਦੇ ਨਾਲ ਨਾਲ ਇੱਕ ਕਾਉਂਸਲਿੰਗ ਸੈਂਟਰ ਵੀ ਹੈ, ਉਹਨਾਂ ਤੋਂ ਵੀ ਕੁਛ ਮਰੀਜ਼ਾਂ ਨੂੰ ਕੁਛ ਲੋਕਾਂ ਨੂੰ ਫੋਨ ਆ ਰਹੇ ਹੋਣਗੇ। ਆਪਾਂ ਉਹ ਨੰਬਰ ਫਲੈਸ਼ ਵੀ ਕੀਤਾ ਹੋਇਆ ਕਿ ਜੇਕਰ ਤੁਹਾਨੂੰ ਐਂਗਜ਼ਾਇਟੀ ਹੋਏ ਜਾਂ ਤੁਹਾਨੂੰ ਕਿਸੇ ਚੀਜ਼ ਦਾ ਡਰ ਹੋਏ ਤਾਂ ਕਾਈਂਡਲੀ ਤੁਸੀਂ ਉਹ ਨੰਬਰਸ 'ਤੇ ਕਾਲ ਕਰ ਸਕੋ। ਸਾਡੇ ਜਿਹੜੇ ਸਾਈਕੋਲੋਜਿਸਟ ਹੈ ਡਿਸਟ੍ਰਿਕਟ ਲੈਵਲ 'ਤੇ ਉਹ ਤੁਹਾਡੇ ਸਾਰੇ ਪ੍ਰੋਬਲਮਸ ਨੂੰ, ਤੁਹਾਡੀ ਐਂਗਜ਼ਾਇਟੀ ਦੇ ਬਾਰੇ ਸਾਰੀ ਗੱਲ ਸੁਣਨਗੇ ਤਾਂ ਤੁਹਾਨੂੰ ਪੂਰਾ ਹੌਸਲਾ ਉਹਦੇ ਬਾਰੇ ਦੇਵੇਗਾ। ਇਹਦੇ ਨਾਲ ਨਾਲ ਜਿੰਨੇ ਵੀ ਕੋਮੋਰਬਿਡ, ਸਪੈਸ਼ਲੀ ਜਿਹੜੇ 60 ਸਾਲ ਤੋਂ ਉੱਪਰ ਵਾਲੇ ਪੇਸ਼ੈਂਟਸ ਅਤੇ ਕੋਮੋਰਬਿਡ ਪੇਸ਼ੈਂਟਸ ਹੈ ਅਤੇ ਉਹ ਹੋਮ ਆਈਸੋਲੇਸ਼ਨ 'ਚ ਨੇ, ਹੁਣ ਡਾਕਟਰਾਂ ਦੀ ਟੀਮ ਉੱਥੇ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਦਾ ਹਾਲ ਚਾਲ ਪਤਾ ਕਰ ਰਹੀ ਹੈ ਕਿ ਉਹ ਠੀਕ ਹੈ ਜਾਂ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ। ਕਿਉਂਕਿ ਹੋਮ ਆਈਸੋਲੇਸ਼ਨ 'ਚ ਆਹ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਜਿਹੜਾ ਮਰੀਜ਼ ਹੈ ਉਹ ਆਪਣੇ ਬਾਰੇ ਇਨਫੋਰਮੇਸ਼ਨ ਟਾਈਮਲੀ ਸਾਨੂੰ ਦੇ ਦੇ, ਜੇ ਕਿਸੇ ਤਰ੍ਹਾਂ ਦੀ ਕੋਈ ਤਬੀਅਤ ਖਰਾਬ ਹੋ ਰਹੀ ਹੈ ਜਾਂ ਜਿਹੜਾ ਕੇਅਰ ਟੇਕਰ ਹੈ ਉਹ ਵੀ ਆਹ ਚੀਜ਼ ਦਾ ਧਿਆਨ ਰੱਖੇ ਕਿ ਆਕਸੀਜਨ ਸੈਚੂਰੇਸ਼ਨ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ, ਕਿਸੇ ਹੋਰ ਤਰ੍ਹਾਂ ਦੀ ਕੋਈ ਏਲਮੈਂਟ ਵੱਧ ਤਾਂ ਨਹੀਂ ਰਹੀ। ਅਤੇ ਉਹਦੇ ਨਾਲ ਹੀ ਸਾਡੇ ਡਾਕਟਰਸ ਵੀ ਹੁਣ ਜਾ ਕੇ ਪੇਸ਼ੈਂਟਸ ਨੂੰ ਚੈੱਕ ਕਰ ਰਹੇ ਹਾਂ। ਜਿੱਥੇ ਲੈਵਲ 2 ਫੈਸਿਲਿਟੀ ਪਹਿਲੇ ਸਿਰਫ ਕਪੂਰਥਲਾ 'ਚ ਸੀਗੀ, ਹੁਣ ਫਗਵਾੜੇ 'ਚ ਵੀ ਨਾਲ ਅਸੀਂ ਓਪਨ ਕਰਤੀ ਹੈ। ਉੱਥੇ 10 ਬੈਡਸ ਦੀ ਫੈਸਿਲਿਟੀ ਜਿਹੜੀ ਹੈ ਉਹ ਫਗਵਾੜੇ ਜਿਹੜਾ ਡਰੱਗ ਦੀ ਐਡਿਕਸ਼ਨ ਸੈਂਟਰ ਹੈ ਉੱਥੇ ਓਪਨ ਹੋ ਚੁੱਕੀ ਹੈ।
ਫਗਵਾੜੇ ਦੇ ਪੇਸ਼ੈਂਟਸ ਹੁਣ ਤੁਸੀਂ ਲੈਵਲ 2 ਫੈਸਿਲਿਟੀ ਲਈ ਉੱਥੇ ਵੀ ਐਡਮਿਟ ਆਪਣੇ ਆਪ ਨੂੰ ਕਰਾ ਸਕਦੇ ਹੋ, ਤੁਹਾਨੂੰ ਕਪੂਰਥਲਾ ਆਉਣ ਦੀ ਕੋਈ ਲੋੜ ਨਹੀਂ ਹੈ। ਹੁਣ ਮੈਂ ਜਿਹੜੇ ਕੁਐਸਚਨ ਸਾਡੇ ਕੋਲ ਆਏ ਸੀਗੇ ਉਹਦੇ ਬਾਰੇ ਤੁਹਾਡੇ ਜਿਹੜੇ ਵੀ ਕੁਐਸਚਨ ਉਹਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ। ਪਹਿਲਾ ਕੁਐਸਚਨ ਹੈ ਮਿਸਟਰ ਦਿਨੇਸ਼ ਗੁਪਤਾ, ਸ਼ੇਰਾਂ ਵਾਲਾ ਮੁਹੱਲਾ ਕਪੂਰਥਲਾ। ਉਹ ਕਹਿੰਦੇ ਨੇ ਕਿ ਇਨ ਅ ਰੀਸੈਂਟ ਆਰਡਰ ਇਸ਼ੂਡ ਬਾਏ ਯੋਰ ਆਫਿਸ, ਇਟ ਇਜ਼ ਮੈਂਡੇਟਰੀ ਟੂ ਗੈਟ ਦਾ COVID-19 ਟੈਸਟਿਡ ਬਾਏ ਆਲ ਗਵਰਨਮੈਂਟ ਆਫਿਸ਼ਲਸ। ਆਈ ਰਿਕੁਐਸਟ ਦਿਸ ਦਿਸ ਸ਼ੁੱਡ ਨਾਟ ਬੀ ਮੈਂਡੇਟਰੀ। ਉਹ ਕਹਿ ਰਹੇ ਨੇ ਕਿ ਆਪਾਂ ਇੱਕ ਰੀਸੈਂਟ ਇੱਕ ਆਰਡਰ ਪਾਸ ਕੀਤਾ ਹੈ ਮੈਂ ਲਾਸਟ ਵੀਕ, ਜਿਹਦੇ 'ਚ ਅਸੀਂ ਲਿਖਿਆ ਹੈ ਕਿ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰ ਹੈ ਉਹਨਾਂ ਦੇ ਮੁਲਾਜ਼ਮ ਆਪਣੇ ਆਪ ਨੂੰ ਕੋਵਿਡ ਟੈਸਟ ਕਰਾ ਲੈਣ। ਇਹ ਟੈਸਟ ਮੈਂਡੇਟਰੀ ਕਹਿ ਰਹੇ ਨੇ ਕਿ ਮੈਂਡੇਟਰੀ ਹੈ, ਬੇਸਿਕਲੀ ਦ ਥਿੰਗ ਇਜ਼ ਤੁਸੀਂ ਕਹਿ ਸਕਦੇ ਹੋ ਮੈਂਡੇਟਰੀ ਹੈ, ਬਟ ਦਿਸ ਇਜ਼ ਰਿਕੁਆਇਰਮੈਂਟ, ਕਿਉਂਕਿ ਕਿੰਨੇ ਅਸਿਮਟੋਮੈਟਿਕ ਕੇਸਿਸ ਘੁੰਮ ਰਹੇ ਨੇ ਇਸ ਟਾਈਮ ਸਾਨੂੰ ਵੀ ਨਹੀਂ ਪਤਾ। ਟਾਈਮਲੀ ਡਿਟੈਕਟ ਹੋ ਜਾਂਦੇ ਹੈ, ਉਹਨਾਂ ਦੀ ਜਾਨ ਸੇਵ ਹੋ ਸਕਦੀ ਹੈ, ਇਨਫੈਕਸ਼ਨ ਦਾ ਖਤਰਾ ਰਿਡਿਊਸ ਹੋ ਜਾਂਦਾ। ਰੀਸੈਂਟਲੀ ਆਹ ਟੈਸਟਿੰਗ ਕਾਫੀ ਡਿਪਾਰਟਮੈਂਟ 'ਚ ਚੱਲ ਰਹੀ ਹੈ ਅਤੇ ਪਿੱਛੇ ਹੀ ਇੱਕ ਸਾਡੇ ਡਿਪਾਰਟਮੈਂਟ 'ਚ ਟੈਸਟਿੰਗ ਹੋਈ, ਉੱਥੇ ਇੱਕ ਹੀ ਆਫਿਸ ਦੇ 7 ਬੰਦੇ ਪੋਜ਼ਿਟਿਵ ਆ ਗਏ। ਆਲ ਵਰ ਅਸਿਮਟੋਮੈਟਿਕ, ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀਗੀ, ਲੇਕਿਨ ਅਸਿਮਟੋਮੈਟਿਕ ਕੇਸਿਸ ਜਿਹੜੇ ਹੈ ਉਹ ਇਨਫੈਕਸ਼ਨ ਵਧਾਉਂਦੇ ਹਨ, ਕਿਉਂਕਿ ਜਦ ਤੁਸੀਂ ਕਲੋਜ਼ ਇਨਵਾਇਰਮੈਂਟ 'ਚ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਤਾਂ ਫਿਰ ਉੱਥੇ ਸਾਰੇ ਬੰਦੇ ਇਕੱਠੇ ਹੈ, ਉਹ ਗੱਲਾਂ ਬਾਤਾਂ ਵੀ ਹੋ ਰਹੀਆਂ ਹੈ, ਫਾਈਲਾਂ ਹੱਥ ਲੱਗ ਰਹੀਆਂ, ਇਸ ਲਈ ਬਹੁਤ ਜ਼ਰੂਰੀ ਹੈ ਕਿ ਟਾਈਮਲੀ ਟੈਸਟ ਹੋ ਜਾਵੇ। ਦੈਟਸ ਵਾਈ ਦਿਸ ਆਰਡਰ ਹੈਜ਼ ਬੀਨ ਪਾਸ ਕਿ ਗਵਰਨਮੈਂਟ ਆਫਿਸਿਸ ਨੇ ਇਹ ਟੈਸਟਿੰਗ ਕੋ ਜਲਦੀ ਕਰਵਾਇਆ ਜਾਵੇ। ਦੂਜਾ ਕੁਐਸਚਨ ਹੈ ਮਿਸਟਰ ਗੌਰਵ ਸ਼ਰਮਾ ਕਪੂਰਥਲਾ ਤੋਂ। ਮੀਡੀਆ ਵਿੱਚ ਕਾਫੀ ਖਬਰਾਂ ਆਉਂਦੀਆਂ ਹਨ ਕਿ ਜਿਹੜੇ ਘਰੇਲੂ ਮਰੀਜ਼ 50 ਸਾਲ ਤੋਂ ਉੱਪਰ ਹਨ ਉਹਨਾਂ ਨੂੰ ਕਰੋਨਾ ਟੈਸਟ ਬਗੈਰ ਇਲਾਜ ਨਹੀਂ ਹੁੰਦਾ, ਉਹ ਇੱਦਾਂ ਹੀ ਦਮ ਤੋੜ ਜਾਂਦੇ ਨੇ। ਇਸ 'ਤੇ ਵਿਚਾਰ ਕੀਜੀਏ, ਆਪਦੀ ਬਹੁਤ ਮਿਹਰਬਾਨੀ ਹੋਏਗੀ। ਘਰੇਲੂ ਮਰੀਜ਼ 50 ਸਾਲ ਤੋਂ ਉੱਪਰ ਹਨ ਜਿਨ੍ਹਾਂ ਦੇ ਕਰੋਨਾ ਟੈਸਟ ਤੋਂ ਬਗੈਰ ਹੀ ਇਲਾਜ ਨਹੀਂ ਕੀਤਾ ਜਾਂਦਾ। ਜਿਹੜਾ ਮੈਂ ਕੁਐਸਚਨ ਤੁਹਾਡਾ, ਜੇ ਮੈਂ ਸਹੀ ਸਮਝ ਰਹੀ ਹਾਂ, ਤੁਸੀਂ ਸ਼ਾਇਦ ਕਹਿਣਾ ਚਾਹੁੰਦੇ ਹੋ ਕਿ ਸ਼ਾਇਦ ਉਹ ਹੋਮ ਆਈਸੋਲੇਸ਼ਨ ਵਾਲੇ ਕੇਸਿਸ ਦੀ ਗੱਲ ਕਰ ਰਹੇ ਹੋ। ਜੇਕਰ ਤੁਸੀਂ, ਮੈਂ ਤੁਹਾਡੀ ਦੋਨੋਂ ਹੀ ਚੀਜ਼ਾਂ ਨੂੰ ਬਿਲਕੁਲ ਕਲੀਅਰ ਕਰ ਦਿੰਦੀ ਹਾਂ, ਜੇਕਰ ਤੁਸੀਂ ਹੋਮ ਆਈਸੋਲੇਸ਼ਨ ਦੇ ਕੇਸਿਸ ਦੀ ਗੱਲ ਕਰ ਰਹੇ ਹੋ, ਉੱਥੇ ਸਰਕਾਰ ਨੇ ਕਿਹਾ ਹੋਇਆ ਹੈ ਕਿ ਈਵਨ ਦਾ ਕੋਮੋਬਿਡ ਪੀਪਲ ਐਂਡ ਦਾ ਓਲਡ ਪੀਪਲ, ਜਿਹੜਾ ਜਿਨ੍ਹਾਂ ਦੇ ਅੰਦਰ ਮਾਈਲ ਸਿਮਟਮ ਜਾਂ ਅਸਿਮਟੋਮੈਟਿਕ ਹੈ, ਉਹਨਾਂ ਨੂੰ ਹੋਮ ਆਈਸੋਲੇਸ਼ਨ ਕਰ ਸਕਦੇ ਹੋ। ਇਲਾਜ ਨਾ ਕਰਨ ਦੀ ਗੱਲ ਤਾਂ ਨਹੀਂ ਆਉਂਦੀ, ਕਿਉਂਕਿ ਜਿਹੜੇ ਵੀ ਬੰਦੇ ਹੋਮ ਆਈਸੋਲੇਟ ਹੁੰਦੇ ਹੈ ਉਹਨਾਂ ਨੂੰ ਨਾਲ ਹੀ ਦੇ ਹੈਵ ਟੂ ਸਾਈਨ ਸੈਲਫ ਅੰਡਰਟੇਕਿੰਗ, ਉਹਦੇ 'ਚ ਕਲੀਅਰ ਹੈ ਕਿ ਤੁਹਾਡੇ ਕੋਲ ਇੱਕ ਪਲਸ ਆਕਸੀਮੀਟਰ ਹੋਣਾ ਚਾਹੀਦਾ, ਡਿਜੀਟਲ ਥਰਮਾਮੀਟਰ ਹੋਣਾ ਚਾਹੀਦਾ ਹੈ, ਵਿਟਾਮਿਨ ਸੀ, ਜ਼ਿੰਕ, ਵਿਟਾਮਿਨ ਡੀ ਦੀ ਟੇਬਲੇਟਸ ਹੋਣੀਆਂ ਚਾਹੀਦੀਆਂ ਹੈ। ਨਾ ਉਹਦਾ ਹੋਮ ਆਈਸੋਲੇਸ਼ਨ ਕਿੱਟ ਜਿਹੜੀ ਹੈ ਉਹ ਸਰਕਾਰ ਨੇ ਵੀ ਦੇਣੀ ਸ਼ੁਰੂ ਕਰਤੀ ਹੈ, ਜਿਸ 'ਚ ਸਾਰੀ ਚੀਜ਼ਾਂ ਹੈ। ਇਲਾਜ, ਕਿਉਂਕਿ ਕਰੋਨਾ ਦੀ ਕੋਈ ਵੈਕਸੀਨ ਸਾਡੇ ਕੋਲ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਮੈਂ ਕਹੂੰ ਕਿ ਜੋ ਸ਼ਿਓਰ ਸ਼ੋਟ ਇਲਾਜ ਹੈ ਉਹ ਇਸ ਟਾਈਮ ਨਹੀਂ ਹੈ, ਲੇਕਿਨ ਜਿਹੜੀ ਪ੍ਰੀਕੋਸ਼ਨਰੀ ਚੀਜ਼ਾਂ ਅਤੇ ਜਿਹੜੀ ਜ਼ਰੂਰਤ ਦੀ ਚੀਜ਼ਾਂ ਹੈ, ਜਾਂ ਫਿਰ ਜੇ ਤੁਹਾਨੂੰ ਬੁਖਾਰ ਹੈ ਤਾਂ ਉਹਦੇ ਲਈ ਤੁਹਾਨੂੰ ਕੰਸਰਨ ਮੈਡੀਸਨ ਵੀ ਉਹ ਨਾਲ ਹੀ ਉਹਦੇ ਵਿੱਚ ਰੱਖੀ ਹੋਏਗੀ, ਉਹ ਤੁਹਾਨੂੰ ਨਾਲ ਹੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦਾ ਕੁਛ ਨਹੀਂ ਹੈ ਕਿ ਜਿਹੜੇ 50 ਸਾਲ ਜਾਂ 60 ਸਾਲ ਤੋਂ ਉੱਪਰ ਦੇ ਬੰਦੇ ਹੈ ਉਹਨਾਂ ਦਾ ਕਿਤੇ ਹੋਰ ਕਰੋਨਾ ਟੈਸਟ ਦੇ ਬਗੈਰ ਇਲਾਜ ਨਹੀਂ ਹੁੰਦਾ। ਜੇ ਬਾਹਰ ਉਹ ਜਾ ਰਹੇ ਹੈ, ਅੱਜ ਦੇ ਟਾਈਮ 'ਚ ਤੁਸੀਂ ਕਿਤੇ ਵੀ ਜਾ ਰਹੇ ਹੋ, ਕਿਸੇ ਹੋਸਪਿਟਲ 'ਚ ਵੀ ਜੇ ਇਲਾਜ ਲਈ ਜਾਂਦੇ ਹੋ, ਸਭ ਤੋਂ ਪਹਿਲਾਂ ਕਰੋਨਾ ਟੈਸਟ ਕਰਦੇ ਹਾਂ, ਕਿਉਂਕਿ ਜਿਹੜੀ ਮੈਂ ਗੱਲ ਕਹਿ ਰਹੀ ਹਾਂ, ਕਦੇ ਕਦੇ ਸਾਨੂੰ ਲੱਗਦਾ ਕਿ ਸਿਮਟਮਸ ਨਹੀਂ ਹੈ ਲੇਕਿਨ ਅਸੀਂ ਅਸਿਮਟੋਮੈਟਿਕ ਹੁੰਦੇ ਹਾਂ ਅਤੇ ਅਸੀਂ ਕੈਰੀਅਰ ਬਣ ਜਾਂਦੇ। ਜੇ ਅੱਜ ਕਰੋਨਾ ਸਾਡੇ ਅੰਦਰ ਹੈ, ਅਸੀਂ ਅਸਿਮਟੋਮੈਟਿਕ ਫੀਲ ਕਰ ਵੀ ਰਹੇ ਹਾਂ, ਹੋ ਸਕਦਾ 2 ਦਿਨ ਬਾਅਦ ਸਾਨੂੰ ਉਹਦੇ ਇਫੈਕਟ ਆਉਣੇ ਸ਼ੁਰੂ ਵੀ ਹੋ ਜਾਣ। ਇਟ ਇਜ਼ ਵੈਰੀ ਰਿਕੁਆਇਰਮੈਂਟ ਸਾਰੇ ਹਸਪਤਾਲਾਂ ਦੀ ਇਸ ਟਾਈਮ 'ਤੇ ਕਰੋਨਾ ਟੈਸਟ ਕਰਾ ਲਿੱਤਾ ਜਾਏ, ਸੋ ਦੈਟ ਇਨਫੈਕਸ਼ਨ ਤੋਂ ਬਚਿਆ ਜਾ ਸਕੇ ਟਾਈਮਲੀ ਅਤੇ ਪ੍ਰੀਕੋਸ਼ਨਸ ਲਿੱਤੀਆਂ ਜਾ ਸਕੇ। ਤੀਜਾ ਕੁਐਸਚਨ ਹੈ ਮਿਸਟਰ ਕਰਨ, ਹੀ ਸੇਇੰਗ ਕਿ ਲੈਵਲ 3 ਦਾ ਕੀ ਅਰੇਂਜਮੈਂਟ ਹੈ ਕੋਵਿਡ ਲਈ, ਡੈਥ ਰੇਟ ਕਿਉਂ ਨਹੀਂ ਕੰਟਰੋਲ 'ਚ ਆ ਰਿਹਾ, ਪਲੀਜ਼ ਐਕਸਪਲੇਨ। ਆਕਸੀਜਨ ਔਰ ਵੈਂਟੀਲੇਟਰ ਦੇ ਕੀ ਅਰੇਂਜਮੈਂਟ ਹੈ ਕਿ ਕਪੂਰਥਲਾ 'ਚ ਪ੍ਰੋਪਰ ਅਰੇਂਜਮੈਂਟ ਹੋ, ਆਕਸੀਜਨ ਔਰ ਵੈਂਟੀਲੇਟਰ ਹੋ। ਪਲੀਜ਼ ਮੈਡਮ, ਰਿਕੁਐਸਟ ਹੈ ਆਪਸੇ, ਮੈਡਮ ਜਲੰਧਰ ਮੇਂ ਤੋ ਪ੍ਰੋਪਰ ਅਰੇਂਜਮੈਂਟ ਹੈ, ਸਭੀ ਹੋਸਪਿਟਲ ਮੇਂ, KPT ਮੇਂ ਕਿਉਂ ਨਹੀਂ। ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਲੈਵਲ 3 ਦੀ ਫੈਸਿਲਿਟੀ, ਯੂ ਆਰ ਰਾਈਟ, ਲੈਵਲ 3 ਦੀ ਫੈਸਿਲਿਟੀ ਕਪੂਰਥਲਾ ਜ਼ਿਲ੍ਹੇ 'ਚ ਐਕਟੀਵੇਟਿਡ ਨਹੀਂ ਹੈ, ਕਿਉਂਕਿ
ਸਾਨੂੰ GMC ਅੰਮ੍ਰਿਤਸਰ ਨਾਲ ਅਟੈਚ ਕੀਤਾ ਗਿਆ ਹੈ, ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਅਟੈਚ ਕੀਤਾ ਗਿਆ ਹੈ, ਜਿੱਥੇ ਵੀ ਵੈਂਟੀਲੇਟਰ ਹੋਣਾ ਹੈ, ਜਿੱਥੇ ਵੀ ICU ਦਾ ਸਿਸਟਮ ਰੱਖਦੇ ਹਾਂ, ਦੈਟ ਰਿਕੁਆਇਰ ਸਮ ਪ੍ਰੋਫੈਸ਼ਨਲ ਕੇਅਰ ਆਲਸੋ। ਉਹ ਪ੍ਰੋਫੈਸ਼ਨਲ ਕੇਅਰ ਐਂਡ ਆਲ ਦਾ ਪੈਰਾਫਨੈਲੀਆ ਇਜ਼ ਦੇਅਰ ਇਨ ਦਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ, ਵਿਚ ਇਜ਼ ਫਾਰ ਮੋਰ ਰੀਜ਼ਨੇਬਲ। ਦੂਜੀ ਚੀਜ਼ ਆਉਂਦੀ ਹੈ ਕਿ ਜੇ ਸਾਡੇ ਕੋਲ ਨਹੀਂ ਹੈ, ਵੀ ਸੈਂਡ ਦਾ ਪੇਸ਼ੈਂਟ ਟੂ ਅੰਮ੍ਰਿਤਸਰ, ਬਟ ਇਹ ਨਹੀਂ ਕਿ ਜੇ ਸਾਡੇ ਕੋਲ ਪੇਸ਼ੈਂਟ ਆਉਂਦਾ ਹੈ ਤਾਂ ਅਸੀਂ ਅਨਸਟੇਬਲ ਬੰਦੇ ਨੂੰ ਹੀ ਸਿੱਧਾ ਭੇਜ ਦਿੰਦੇ ਹਾਂ। ਵੀ ਹੈਵ ਪੋਰਟੇਬਲ ਵੈਂਟੀਲੇਟਰਸ ਵਿਦ ਅਸ, ਵੀ ਹੈਵ ਦਾ ਆਕਸੀਜਨ ਮਾਸਕ, ਆਕਸੀਜਨ ਸਪਲਾਈ, ਜੇ ਬ੍ਰੈਥਲੈਸਨੈਸ ਹੋ ਰਹੀ ਹੈ, ਵੀ ਟਰਾਈ ਕਿ ਉਹਨਾਂ ਨੂੰ ਥੋੜ੍ਹਾ ਸਟੇਬਲ ਕੀਤਾ ਜਾਏ ਤਾਂ ਹੀ ਟ੍ਰਾਂਸਫਰ ਕੀਤਾ ਜਾਏ, ਸੋ ਦੈਟ ਉਨੀ ਜਰਨੀ ਹੋ ਜਾਏ। ਇਹਦੇ ਨਾਲ ਨਾਲ ਹੁਣ ਕੁਛ ਇਸ ਤਰ੍ਹਾਂ ਦੀ ਸਟੇਰੋਇਡਸ ਐਂਡ ਆਲ ਵੀ ਹੈ ਕਿ ਜਿਹੜਾ ਥੋੜ੍ਹਾ ਜਿਹਾ ਆਕਸੀਜਨ ਲੈਵਲ ਤੁਹਾਡਾ ਬੈਟਰ ਕਰ ਦਿੰਦੇ ਆ। ਵੀ ਹੈਵ ਮੇਡ ਸ਼ਿਓਰ ਕਿ ਦੋਇਸ ਥਿੰਗਸ ਆਰ ਅਵੇਲੇਬਲ ਇਨ ਆਵਰ ਫੈਸਿਲਿਟੀਜ਼ ਆਲਸੋ, ਈਦਰ ਇਟਸ ਅ ਲੈਵਲ 2 ਫੈਸਿਲਿਟੀ ਇਨ ਕਪੂਰਥਲਾ ਔਰ ਦ ਲੈਵਲ 2 ਫੈਸਿਲਿਟੀ ਇਨ ਫਗਵਾੜਾ, ਵਿਚ ਬੋਥ ਆਰ ਓਪਰੇਸ਼ਨਲ ਐਟ ਦਿਸ ਟਾਈਮ। ਨੈਕਸਟ ਕੁਸ਼ਚਨ ਹੈ ਜੀ, ਕੀ ਕਰੋਨਾ ਸੱਚੀ ਹੈਗਾ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ? ਇਹ ਕੁਸ਼ਚਨ ਹੈ ਮਿਸਟਰ ਮੱਲੀ ਧਾਲੀਵਾਲ ਕਪੂਰਥਲਾ ਸੇ। ਆਪਾਂ 6 ਮਹੀਨੇ ਤੋਂ ਪੂਰਾ ਵਿਸ਼ਵ ਤਾਂ ਉਸ ਤੋਂ ਪਹਿਲਾਂ ਹੀ ਨਵੰਬਰ ਤੋਂ ਸਟਾਰਟ ਹੋਇਆ ਸੀਗਾ, ਨਵੰਬਰ 2019 ਤੋਂ ਆ ਚੀਜ਼ ਦੇ ਬਾਰੇ ਅਸੀਂ ਸੁਣਦੇ ਸੀਗੇ। ਜਿਸ ਟਾਈਮ ਇਹ ਚੀਜ਼ ਸ਼ੁਰੂ ਹੋਈ ਸੀਗੀ ਸਾਨੂੰ ਲੱਗ ਰਿਹਾ ਸੀਗਾ ਇੰਡੀਆ 'ਚ ਤਾਂ ਕੁਛ ਹੋਣਾ ਨਹੀਂ, ਸਾਨੂੰ ਤਾਂ ਕੁਛ ਹੋਣਾ ਨਹੀਂ, ਬਟ ਹੁਣ ਪੂਰਾ ਵਿਸ਼ਵ ਇਸ ਟਾਈਮ ਇਸ ਪ੍ਰੋਬਲਮ ਨਾਲ ਜੂਝ ਰਿਹਾ ਹੈ। ਮਾਰਚ ਤੋਂ ਅਸੀਂ ਵੀ ਸਟਾਰਟ ਹੋਏ ਹੋਏ ਹਾਂ ਕਿ ਕਰੋਨਾ ਤੋਂ ਕਿਸੇ ਤਰ੍ਹਾਂ ਅਸੀਂ ਸਿਚੁਏਸ਼ਨ ਨੂੰ ਕੰਟਰੋਲ ਕਰ ਸਕੀਏ, ਨੁਕਸਾਨ ਜ਼ਿਆਦਾ ਨਾ ਹੋਏ, ਪਰ ਉਸ ਤੋਂ ਬਾਵਜੂਦ ਵੀ ਅਸੀਂ ਦੇਖ ਰਹੇ ਹਾਂ ਪੂਰੇ ਭਾਰਤ 'ਚ, ਪੰਜਾਬ 'ਚ, ਸਾਡੇ ਜ਼ਿਲ੍ਹੇ 'ਚ ਇੰਨੀ ਡੈਥਸ ਵੀ ਹੋ ਰਹੀ ਹੈ, ਲੋਕ ਪੋਜ਼ੀਟਿਵ ਵੀ ਆ ਰਹੇ ਹੈ, ਕਾਫੀ ਬੰਦੇ ਸੀਰੀਅਸ ਵੀ ਹੋ ਜਾਂਦੇ ਹੈ। ਦੈਟ ਮੀਨਸ ਕੁਛ ਨਾ ਕੁਛ ਤਾਂ ਹੈ। ਵੀ ਕਾਂਟ ਸੇ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਗੁੰਮਰਾਹ ਕਿਸ ਚੀਜ਼ ਲਈ ਕਰਨਗੇ? ਇਸ ਤਰ੍ਹਾਂ ਦੀ ਜਿਹੜੀ ਮਹਾਂਮਾਰੀ ਫੈਲਦੀ ਹੈ, ਤੁਹਾਨੂੰ ਪਤਾ ਉਹਦੇ ਵਿੱਚ 2-2.5 ਮਹੀਨੇ ਲਈ ਤਾਂ ਕਰਫਿਊ ਲਗਾਉਣਾ ਪੈ ਗਿਆ। ਉਹਦੇ ਨਾਲ ਸਾਰਿਆਂ ਦਾ ਨੁਕਸਾਨ ਹੀ ਹੁੰਦਾ, ਫਾਇਦਾ ਤਾਂ ਕਿਸੇ ਦਾ ਵੀ ਨਹੀਂ ਹੁੰਦਾ। ਅੱਜ ਦੀ ਤਰੀਕ 'ਚ ਵੀ ਲੋਕਡਾਊਨ ਦੀ ਕੁਛ ਕੰਡੀਸ਼ਨਸ ਚੱਲ ਰਹੀਆਂ ਹੈ, ਐਂਡ ਇਟਸ ਨੋਟ ਅ ਵੈਰੀ ਗੁੱਡ ਸਿਚੁਏਸ਼ਨ ਫੋਰ ਐਨੀਬਡੀ, ਈਦਰ ਫੋਰ ਦਾ ਗਵਰਨਮੈਂਟ ਔਰ ਫੋਰ ਦਾ ਪੀਪਲ ਐਟ ਲਾਰਜ। ਦੈਟ ਮੀਨਸ ਦੇਰ ਇਜ਼ ਸਮ ਪ੍ਰੋਬਲਮ, ਤਾਂ ਹੀ ਇੰਨੇ ਡਰਾਸਟਿਕ ਸਟੈਪਸ ਲਿੱਤੇ ਗਏ। ਨੈਕਸਟ ਕੁਸ਼ਚਨ ਹੈ ਜੀ ਮਿਸਟਰ ਨਰੇਸ਼ ਭੰਡਾਰੀ ਸੇ। ਓਨਲੀ ਐਡਮਿਨਿਸਟ੍ਰੇਸ਼ਨ ਵਾਜ਼ ਵੈਰੀ ਮੱਚ ਐਪਰੀਸ਼ੀਏਟਿਡ ਥਰੂ ਆਊਟ ਦਾ ਵਰਲਡ ਵੈਨ ਕੋਵਿਡ ਫਿਗਰ ਵਾਜ਼ ਆਲਮੋਸਟ ਜ਼ੀਰੋ। ਵੈਨ ਕੋਵਿਡ ਫਿਗਰ ਵਾਜ਼ ਹਾਈਐਸਟ ਇਨ ਕਪੂਰਥਲਾ, ਦਾ ਪਬਲਿਕ ਆਫ ਕਪੂਰਥਲਾ ਵਾਜ਼ ਆਲਸੋ ਮੇਡ ਰਿਸਪੋਂਸੀਬਲ। ਆਈ ਥਿੰਕ ਇਫ ਪਬਲਿਕ ਇਜ਼ ਰਿਸਪੋਂਸੀਬਲ, ਈਵਨ ਦੈਨ ਦਾ ਮੇਜਰ ਰਿਸਪੋਂਸੀਬਿਲਿਟੀ ਇਜ਼ ਦਾ ਟੀਮ ਆਫ ਐਡਮਿਨਿਸਟ੍ਰੇਸ਼ਨ। ਇੰਟੀਮੇਟ ਦਾ ਐਕਸ਼ਨ ਟੇਕਨ ਬਾਏ ਦਾ ਐਡਮਿਨਿਸਟ੍ਰੇਸ਼ਨ ਟੂ ਮੋਟੀਵੇਟ ਦਾ ਪਬਲਿਕ ਆਫ ਕਪੂਰਥਲਾ। ਆਈ ਥਿੰਕ ਵਟ ਐਵਰ ਇਟ ਮੇ ਬੀ ਇਨ ਆਲ ਸਰਕਮਸਟਾਂਸਿਸ ਐਡਮਿਨਿਸਟ੍ਰੇਸ਼ਨ ਇਜ਼ ਰਿਸਪੋਂਸੀਬਲ। ਆਈ ਥਿੰਕ ਮੋਰ ਇੰਪਰੂਵਮੈਂਟ ਇਜ਼ ਰਿਕੁਆਇਰਡ ਵਿਦ ਦਾ ਐਡਵਾਈਸ ਆਫ NGOs. We look forward for such NGOs, for such volunteers who can help administration in giving this message to public at large, in supplementing our efforts. Aap agar hamare saath administration ke saath judna chahte hain, you are most welcome. Please just contact us. Aur hame aise volunteers ki, aise NGOs ki zarurat hai jo is time pe logon ko एडमिनिस्ट्रेशन के अगर एफर्ट आपको लगता है कि कहीं ना कहीं कम है, तो आप हमारे साथ जुड़ के लोगों के बीच में जाके वी कैन स्प्रेड दिस इन्फॉर्मेशन दैट दिस इज़ द प्रॉब्लम और ये प्रिकॉशंस करनी बहुत ज़्यादा ज़रूरी है। सो यू आर मोस्ट वेलकम। जब केसेस कम थे तब भी इट वॉज जस्ट बिकॉज ऑफ द पब्लिक एट लार्ज की केसेस कम थे। आपकी सपोर्ट के बिना हम कभी भी नहीं चल पाए। एडमिनिस्ट्रेशन तभी ही चल पाती है जब लोग साथ देते हैं। अगर अच्छे हैं तो भी आपके कारण है, बुरे हैं तो मैं ये नहीं कहूंगी आपके कारण है, लेकिन हाँ हमें और ज्यादा तालमेल करने की जरूरत है। नेक्स्ट क्वेश्चन है मिस्टर हर्ष अरोड़ा। आई हैव अ सजेशन, इन सिविल हॉस्पिटल पेशेंट्स आर ऑब्लिगेटेड टू फर्स्ट मेक देयर OPD स्लिप एंड देन गो फॉर देयर टेम्परेचर चेकअप एट फ्लू कॉर्नर। इन माई ओपिनियन इट वुड बी बेटर टू चेक द टेम्परेचर ऑफ एवरीवन एट द एंट्री पॉइंट ऑफ द हॉस्पिटल टू सेपरेट देम फ्रॉम द पर्सन्स विद कोविड लाइक सिम्टम्स। ਬਿਲਕੁਲ ਜੀ, ਇਸਕਾ ਮੈਂ ਇੱਕ ਵਾਰੀ ਲੈਟ ਮੀ ਡਿਸਕਸ ਵਿਦ ਅ ਸਿਵਲ ਸਰਜਨ। ਠੀਕ ਹੈ, ਸੋ ਵੀ ਵਿਲ ਟਰਾਈ ਕਿ ਇਸ ਤਰ੍ਹਾਂ ਦਾ ਕੋਈ ਸਿਸਟਮ ਰੱਖ ਲਈ ਸੋ ਦੈਟ ਗੇਟ ਐਂਟਰੀ ਪੇ ਹੀ ਮੇਨ ਚੈਕਿੰਗ ਹੋ ਜਾਏ। ਦਿਸ ਇਜ਼ ਅ ਵੈਰੀ ਵਾਇਬਲ ਸੋਲਿਊਸ਼ਨ, ਦਿਸ ਸਜੈਸ਼ਨ, ਥੈਂਕ ਯੂ। ਨੈਕਸਟ ਕੁਸ਼ਚਨ ਹੈ ਮਿਸਟਰ ਸੁਨੀਲ ਕੁਮਾਰ ਸੇ।
इज देयर एनी क्लिनिकल एविडेंस ऑफ COVID-19 और SARS-CoV-2 एज पर पॉश पोस्टुलेट रूल? हैज दिस वायरस बीन फाउंड इन एनी ह्यूमन बॉडी इन इंडिया एंड हैज दिस बीन आइसोलेटेड एंड प्योरिफाइड? इफ देयर any research paper authentic document issued by government or available in public domain in support of clinical evidence establishment of COVID-19? Great. Very technical question. I'll try to answer it. So first is regarding the clinical evidence. Yes, there is a clinical evidence as per the postulate rule. It is by the US based agency's National Center of Biotechnology. तो इसका वेब लिंक जो है हम आपके साथ शेयर कर सकते हैं. इफ़ यू वांट दैट यू कैन जस्ट ड्रॉप अ मैसेज ऑन द DPRO पेज ऑन द फेसबुक और एनीवेयर इंस्टा और एनीवेयर. सो वी कैन शेयर द लिंक विद यू. यू कैन गो थ्रू द स्टडी. इसके साथ 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 एक यूरोपियन एजेंसी का भी है. विल शेयर दैट स्टडी विद यू ऑल्सो. यस, दिस वायरस हैज बीन आइसोलेटेड एंड प्योरिफाइड. इट हैज बीन डन इन नेशनल इंस्टीट्यूट ऑफ बायोलॉजी पुणे. And on that basis, the vaccine trials are also on. Is there any research paper of authentic document issued by the government and available in the public domain? There are many researches which have been done and quite authenticated one. NIV Pune se ki gayi hai, CCMB se ki gayi hai, CCMB Hyderabad se. So there are many researches which are available. If you want, then maybe we can help you in getting those web links. You can drop a message on the Facebook page. नेक्स्ट है जी फ्रॉम जगदीश कौर, हु इज अ नेशनल यूथ वॉलंटियर नेहरू युवा केंद्र कपूरथला. ए कह रहे हैं कि कोरोना संबंधी जानकारी लई अते ज्यादा जागरूक करन लई पिंडा विच नौजवानों के ग्रुप बनाए जान. इन्हां ग्रुपां दे मैंबरां नूं प्रशासन वालों मास्क सैनिटाइजर ग्लव्स आदि मुहैया करवाया जाए. मैडम ग्रुप्स तो बने हुए हैं, थानूं पता ही है, तुसी उसी ग्रुप दे वॉलंटियर हो. तो थोड़े थ्रू आपां कोविड लई पहले भी काम किया सीगा ड्यूरिंग करफ्यू टाइम. उस तो बाद भी थोड़े नाल असी काम करना चाहते सीगे, लेकिन कुछ रिस्पोंस वधिया नहीं आया. पर तुसी चाहते हो काम करना. मैं पहले भी कहा सीगा कि वी नीड NGOs वॉलंटियर्स हु कैन सप्लीमेंट द एडमिनिस्ट्रेशन एफर्ट. जी आया नू थोड़े जिहड़े हैड है मैडम स्वाति, ਉਹਨਾਂ ਨਾਲ ਕੋਂਟੈਕਟ ਕਰ ਲਓ. ਵਿਲ ਗੈਟ ਇਨ ਟੱਚ ਵਿਦ ਹਰ. ਜਿੰਨੇ ਗਰੁੱਪ ਸਾਨੂੰ ਮਿਲ ਜਾਣ ਅਰਬਨ ਰੂਰਲ ਏਰੀਆ 'ਚ, ਵੀ ਵੁੱਡ ਬੀ ਮੋਰ ਦੈਨ ਹੈਪੀ ਟੂ ਹੈਵ ਯੂ ਵਿਦ ਅਸ. ਨੈਕਸਟ ਕੁਐਸਚਨ ਹੈ ਜੀ ਫਰੋਮ ਮਿਸਟਰ ਦੀਪਕ ਰਾਜਪੂਤ. ਇਹਨਾਂ ਦਾ ਕੁਐਸਚਨ ਹੈ, ਮੇਰਾ ਆਪ ਜੀ ਤੋਂ ਇਹ ਕੁਐਸਚਨ ਹੈ ਕਿ ਜਦ ਆਪਣੇ ਕੋਲ ਕਰੋਨਾ ਦਾ ਇਲਾਜ ਹੀ ਨਹੀਂ ਹੈ, ਦੈਨ ਵਾਈ ਵੀ टेस्ट अ पर्सन एंड आइसोलेशन वार्ड से भी कोई ट्रीटमेंट नहीं दे रहे हैं, फिर मैम क्यों करोना नाल आतंक फैलाया होया है? मार्केट विच सब जिदा 2019 रश क्राउड सी उदा ही अज है, दैन वाई करोना? प्लीज़ मैम मेरी गुजारिश है कि लॉकडाउन वगैरह बंद कर दो, जिदा पहले माहौल सी उदा ही दोबारा कर दो. करोना खत्म करना है तो सिर्फ करोना की न्यूज़ बंद कर दो, करोना अपने आप खत्म हो जाएगा. आई रियली विश इस तरह हो जाए कि करोना अपने आप खत्म हो जाए. बट लेट अस होप कि इस तरह ही खत्म हो जाए. बट जेड़ी गल है कि आतंक फैलाया हुआ है, आतंक तो नहीं फैलाया, लेकिन एक प्रॉब्लम है जिदे बारे थानू जागरूक बार बार कराना बड़ा जरूरी है. थानू रियल सिचुएशन दसना बहुत ज़्यादा जरूरी होंदा है. उनू कोई आतंक लेंदे हैं, कोई इन्फॉर्मेशन ले रहे हैं. इलाज वैक्सीन नहीं है, ਉਹੀ ਆਪਾਂ ਕਿਹਾ ਸੀਗਾ ਵੈਕਸੀਨ ਨਹੀਂ ਹੈ, ਕੋਈ ਸ਼ਿਓਰ ਸ਼ੋਰ ਟ੍ਰੀਟਮੈਂਟ ਨਹੀਂ ਹੈ. ਲੇਕਿਨ ਮੈਂ ਇਹੀ ਕਹੂੰਗੀ ਕਿ ਜਦ ਸ਼ਿਓਰ ਸ਼ੋਰ ਟ੍ਰੀਟਮੈਂਟ ਕਿਸੇ ਚੀਜ਼ ਨਾਲ ਨਹੀਂ ਹੁੰਦਾ, ਤਾਂ ਹੀ ਕਹਿੰਦੇ ਹਨ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ. ਦੈਟਸ ਵਾਈ ਪ੍ਰੀਵੈਂਟਰੀ ਮੈਜਰਸ ਜਿਹੜੇ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਹੈ. ਦੁਬਾਰਾ ਮੈਂ ਰਿਪੀਟ ਕਰੂੰਗੀ, ਪ੍ਰੀਵੈਂਟਰੀ ਮੈਜਰਸ ਹੈ ਕਿ ਤੁਸੀਂ ਪਹਿਲੇ ਤਾਂ ਮਾਸਕ ਪਾਓ. ਅੱਜ ਦੀ ਤਰੀਕ 'ਚ ਵੀ ਜੇ ਅਸੀਂ ਮਾਰਕੀਟ 'ਚ ਨਿਕਲੀਏ ਆਪਾਂ ਦੇਖਦੇ ਹਾਂ ਮਾਸਕ ਨਹੀਂ ਪਾਇਆ ਹੁੰਦਾ. ਮਾਸਕ ਪਾਇਆ ਤਾਂ ਗਲੇ 'ਚ ਪਾਇਆ ਹੋਇਆ ਜਾਂ ਉੱਪਰ ਲਟਕਿਆ ਹੁੰਦਾ. ਮਾਸਕ ਨੂੰ ਪ੍ਰੋਪਰ ਪਾਓ, ਨੱਕ ਤੁਹਾਡਾ ਕਵਰ ਹੋਣਾ ਚਾਹੀਦਾ, ਮੂੰਹ ਤੁਹਾਡਾ ਕਵਰ ਹੋਣਾ ਚਾਹੀਦਾ, ਆਪ ਸਾਰਾ ਕਵਰ ਹੋਏ, ਗੈਪ ਨਾ ਹੋਏ. ਮਾਸਕ ਨੂੰ ਪ੍ਰੋਪਰਲੀ ਪਾਓ, ਸਭ ਤੋਂ ਵੱਡੀ ਪ੍ਰੀਕੋਸ਼ਨ ਹੈ. ਜੇ ਸਾਰਿਆਂ ਨੇ ਮਾਸਕ ਪਾਏ ਹੋਣਗੇ ਇਨਫੈਕਸ਼ਨ ਦਾ ਖਤਰਾ ਬਹੁਤ ਹੀ ਜ਼ਿਆਦਾ ਘੱਟ ਜਾਂਦਾ ਹੈ. ਇਸ ਲਈ ਮਾਸਕ ਪਾਉਣੇ ਬਹੁਤ ਜ਼ਰੂਰੀ ਹੈ. ਹੱਥ ਨੂੰ ਬਾਰ ਬਾਰ ਧੋ, ਸੈਨੇਟਾਈਜ਼ਰ ਯੂਜ਼ ਕਰੋ, ਨਹੀਂ ਤਾਂ ਹੱਥਾਂ ਨੂੰ ਧੋ. ਹੱਥ ਨੂੰ ਆਪਣੇ ਅੱਖਾਂ ਦੇ ਕੋਲ, ਮੂੰਹ ਦੇ ਕੋਲ ਨਾ ਲੈ ਕੇ ਜਾਓ, ਕਿਉਂਕਿ ਵਾਇਰਸ ਟ੍ਰਾਂਸਮਿਟਸ ਫਰੋਮ ਦੇਅਰ. ਠੀਕ ਹੈ, ਆਹ ਬੇਸਿਕ ਪ੍ਰੀਕੋਸ਼ਨਸ ਹੈ. ਦੇਅਰ ਇਜ਼ ਨੋ ਡਾਊਟ ਕਿ ਵੀ ਕੈਨ ਫਾਈਟ ਕਰੋਨਾ, ਬਟ
ਉਹਦੇ ਲਈ ਜਿਹੜੀ ਪ੍ਰੀਕੋਸ਼ਨਸ ਹੈ, ਕਿਉਂਕਿ ਤੁਸੀਂ ਸਹੀ ਗੱਲ ਕੀਤੀ, ਕੋਈ ਇਸ ਤਰ੍ਹਾਂ ਦਾ ਟ੍ਰੀਟਮੈਂਟ ਸ਼ਿਓਰ ਸ਼ੋਟ ਨਹੀਂ ਹੈ, ਤਾਂ ਹੀ ਪ੍ਰੀਕੋਸ਼ਨਰੀ ਮੈਜਰਸ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਈਸੋਲੇਸ਼ਨ ਵਾਰਡਸ 'ਚ ਇਲਾਜ ਨਹੀਂ ਹੈ, ਅਫਕੋਰਸ ਦੇਰ ਇਜ਼ ਨੋ ਸ਼ਿਓਰ ਸ਼ੋਟ ਟ੍ਰੀਟਮੈਂਟ, ਦੈਨ ਆਈ ਵਿਲ ਨੋਟ ਸੇ ਕਿ ਬੜਾ ਸਾਡੇ ਕੋਲ ਇਲਾਜ ਹੈ, ਲੇਕਿਨ ਹਾਂ ਜਿਹੜੀ ਜਿਹੜੀ ਮੇਨ ਪ੍ਰੋਬਲਮਸ ਆਉਂਦੀਆਂ, ਬੁਖਾਰ ਹੋ ਗਿਆ, ਬ੍ਰੈਥਲੈਸਨੈਸ ਹੋ ਗਈ, ਬ੍ਰੈਥਲੈਸਨੈਸ ਮੇਨ ਪ੍ਰੋਬਲਮ ਆ ਜਾਂਦੀ ਹੈ, ਲੰਗਸ 'ਚ ਇਨਫੈਕਸ਼ਨ ਤਾਂ ਨਹੀਂ ਪਹੁੰਚ ਗਿਆ, ਉਹਦੇ ਲਈ ਪ੍ਰੋਪਰ ਕੇਅਰ ਕਰਨੀ ਬਹੁਤ ਜ਼ਰੂਰੀ ਹੈ। ਕੋਈ ਕੋਮੋਬਿਡ ਪੇਸ਼ੈਂਟਸ ਹੈ ਆਪਣੇ, ਜਿਹਨਾਂ ਤੋਂ ਹਾਰਟ ਦੀ ਪ੍ਰੋਬਲਮ ਹੈ, ਜਿਹਨਾਂ ਨੂੰ ਡਾਇਬਿਟੀਜ਼ ਹੈ, ਵੇਖਣ 'ਚ ਆਇਆ ਹੈ ਕਿ ਉਹ ਸਾਰੇ ਪੈਰਾਮੀਟਰਸ ਵੀ ਨਾਲ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ, ਦੈਨ ਇਟਸ ਵੈਰੀ ਇੰਪੋਰਟੈਂਟ ਕਿ ਉਹਨਾਂ ਦੀ ਟਾਈਮਲੀ ਕੇਅਰ ਕੀਤੀ ਜਾਏ। ਬਟ ਯੂ ਆਰ ਰਾਈਟਲੀ ਸੇਇੰਗ ਕਿ ਦੇਰ ਇਜ਼ ਨੋ ਇਲਾਜ, ਸੋ ਪ੍ਰੀਕੋਸ਼ਨਸ ਹੈਵ ਟੂ ਬੀ ਦਾ ਓਨਲੀ ਰਿਸੋਰਸ ਵਿਚ ਵੀ ਹੈਵ ਰਾਈਟ ਨਾਓ। ਦੁਕਾਨਾਂ 'ਚ ਰਸ਼ ਹੈ, ਮਾਰਕੀਟ 'ਚ ਰਸ਼ ਹੈ, ਬਿਲਕੁਲ ਹੈ, ਸਾਰੇ ਲੋਕ ਜਾ ਰਹੇ ਹੈ ਤਾਂ ਕਾਈਂਡਲੀ ਮਾਸਕ ਵਗੈਰਾ ਪਾਈਏ, ਦੈਟਸ ਦਾ ਮੇਨ ਥਿੰਗ। ਕਰੋਨਾ ਇਸ ਤਰ੍ਹਾਂ ਤਾਂ ਜਾਏਗਾ ਨਹੀਂ, ਉਹਦੇ ਲਈ ਸਾਨੂੰ ਹੀ ਕੁਛ ਐਫਰਟ ਕਰਨਾ ਪਏਗਾ, ਸਾਨੂੰ ਹੀ ਉਹਨੂੰ ਭਗਾਉਣਾ ਹੈ। ਉਹਨੂੰ ਭਗਾਉਣ ਲਈ ਇਹੀ ਹੈ ਕਿ ਮਾਸਕ ਮੁਸਕ ਪਾ ਕੇ ਚੱਲੀਏ, ਜ਼ਰੂਰਤ ਦੇ ਕੰਮ ਲਈ ਹੀ ਨਿਕਲੀਏ, ਜ਼ਿਆਦਾ ਰਸ਼ ਨਾ ਕਰੀਏ, ਜ਼ਿਆਦਾ ਕਰਾਊਡਿਡ ਜਗ੍ਹਾ 'ਤੇ ਨਾ ਜਾਈਏ, ਕਰਾਊਡਿਡ ਜਗ੍ਹਾ ਦਾ ਕੋਸ਼ਿਸ਼ ਕਰੀਏ ਕਿ ਕਰਾਊਡ ਹੋ ਵੀ ਘੱਟ। ਵੀ ਹੈਵ ਟੂ ਇਨਸ਼ੋਰ ਦੀਸ ਥਿੰਗ, ਡਿਸਟੈਂਸ ਬਣਾਇਆ ਹੋਏ, 6 ਫਿੱਟ ਦਾ ਡਿਸਟੈਂਸ, ਜਿਹੜਾ 2 ਫਿੱਟ ਦਾ ਡਿਸਟੈਂਸ ਕਹਿੰਦੇ, ਉਹਨੂੰ ਬਣਾ ਕੇ ਚੱਲੀਏ, ਦੀਸ ਥਿੰਗਸ ਆਰ ਇਨ ਅਵਰ ਹੈਂਡ। ਨੈਕਸਟ ਕੁਸ਼ਚਨ ਹੈ ਜੀ ਦਿਲਬਾਗ ਸਿੰਘ ਜੀ ਤੋਂ, ਇਹਨਾਂ ਦਾ ਹੈ ਕਿ ਕਰੋਨਾ ਸੰਬੰਧੀ ਜਾਣਕਾਰੀ ਲਈ ਅਤੇ ਜ਼ਿਆਦਾ ਜਾਗਰੂਕ ਕਰਨ ਲਈ ਸ਼ਹਿਰ ਦੇ ਹਰ ਖੇਤਰ 'ਚ ਚੌਂਕ 'ਚ ਵੱਡੇ ਫਲੈਕਸ ਬੋਰਡ ਲਗਾਏ ਜਾਣ। ਬਿਲਕੁਲ ਜੀ, ਹੁਣ ਤੱਕ ਅਸੀਂ ਕਰੀਬਨ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਥਰੂ ਹੀ 50 ਦੇ ਕਰੀਬ ਫਲੈਕਸ ਬੋਰਡ ਲਗਾ ਚੁੱਕੇ ਹਾਂ। ਪੰਚਾਇਤ RDP ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨੇ ਵੀ ਕਾਫੀ ਲਗਾਏ ਹੈ, ਕਾਰਪੋਰੇਸ਼ਨ ਨੇ ਵੀ। ਬਟ ਬਿਲਕੁਲ ਜਿਹੜੇ ਤੁਸੀਂ ਕਿਹਾ ਹੈ ਕਿ ਵੱਡੇ ਫਲੈਕਸ ਬੋਰਡ ਲੱਗਣੇ ਚਾਹੀਦੇ, ਵਿਲ ਸ਼ਿਓਰਲੀ ਡੂ ਦੈਟ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਆਪਣਾ ਹੈ ਫਰੋਮ ਮਿਸਟਰ ਜਸਬੀਰ ਸਿੰਘ ਭੱਟੀ, ਇਹਨਾਂ ਦਾ ਸਕੂਲਾਂ ਨੂੰ ਲੈ ਕੇ ਹੈ। ਸਕੂਲ ਖੁੱਲ੍ਹਣਗੇ, ਅਗਰ ਖੁੱਲ੍ਹਣਗੇ ਤਾਂ ਰੂਟੀਨ ਕਿਸ ਤਰ੍ਹਾਂ ਦਾ ਹੋਏਗਾ ਅਤੇ ਕਿੰਨੀ ਦੇਰ ਲਈ ਸਕੂਲ ਖੁੱਲ੍ਹਣਗੇ, ਔਰ ਕਬ ਕਬ ਕੌਣ ਸੀ ਕਲਾਸ ਜਾਏਗੀ ਔਰ ਕੌਣ ਸੀ ਨਹੀਂ। ਤੋ ਇਸਮੇ ਤੋਂ ਮੈਂ ਇਹੀ ਕਹੂੰਗੀ, ਜਿਹੜਾ ਹੁਣ ਰੀਸੈਂਟ ਹੈ ਆਪਣਾ ਔਰਡਰ ਆਇਆ ਹੈ, ਜਿਹੜਾ ਆਪਾਂ ਕੱਢਿਆ ਵੀ ਸੀਗਾ ਤਕਰੀਬਨ ਹਫ਼ਤਾ ਪਹਿਲਾਂ, ਉਹਦੇ ਵਿੱਚ ਤਾਂ ਇੱਕ ਹੀ ਗੱਲ ਹਜੇ ਤੱਕ ਹੈ ਕਿ ਜੇ, ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਔਨਲਾਈਨ ਕਲਾਸਿਸ ਚੱਲ ਰਹੀਆਂ, ਜੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਕੋਈ ਡਾਊਟਸ ਹੈ ਤਾਂ ਉਹ ਜਾ ਸਕਦੇ ਨੇ ਸਕੂਲ ਜਸਟ ਫੋਰ ਸਮ ਆਵਰ, ਐਂਡ ਉਹਦੇ ਲਈ ਵੀ ਪਹਿਲੇ ਪੇਰੈਂਟਸ ਤੋਂ ਲਿਖਤੀ ਪਰਮਿਸ਼ਨ ਹੋਏਗੀ ਕਿ ਹਾਂ ਮੇਰਾ ਬੱਚਾ ਸਕੂਲ ਡਾਊਟਸ ਕਲੀਅਰ ਕਰਨ ਲਈ ਟੀਚਰਸ ਦੇ ਕੋਲ ਜਾ ਰਿਹਾ ਹੈ, ਸਿਰਫ ਉਹਦੇ ਲਈ। ਰੈਗੂਲਰ ਕਲਾਸਿਸ ਲਈ ਹਜੇ ਕੁਝ ਵੀ ਨਹੀਂ ਹੈ, ਇਸ ਟਾਈਮ 'ਤੇ ਆਪਾਂ ਨਹੀਂ ਕਹਿ ਸਕਦੇ ਰੈਗੂਲਰ ਕਲਾਸਿਸ ਕਦ ਖੁੱਲ੍ਹਣੀਆਂ ਹੈ, ਲੇਕਿਨ ਜਦ ਵੀ ਇੰਟੀਮੇਸ਼ਨ ਆਏਗੀ ਤੁਹਾਡੇ ਨਾਲ ਬਿਲਕੁਲ ਉਹ ਅਸੀਂ ਸਾਂਝਾ ਕਰਾਂਗੇ। ਨੈਕਸਟ ਕੁਸ਼ਚਨ ਹੈ ਜੀ ਫਰੋਮ ਮਿਸਟਰ ਲਕਸ਼ ਚੌਧਰੀ, ਬੇਨਤੀ ਹੈ ਕਿ ਕਰੋਨਾ ਰੈਪਿਡ ਟੈਸਟ ਨਾ ਕੀਤੇ ਜਾਣ, ਉਹ ਟੈਸਟ ਕੀਤੇ ਜਾਣ ਜਿਨ੍ਹਾਂ ਦੀ ਰਿਪੋਰਟ 3 ਦਿਨ ਬਾਅਦ ਆਉਂਦੀ ਹੈ। ਸੰਬੰਧਿਤ ਮਹਿਕਮੇ ਨੂੰ ਸੈਨੇਟਾਈਜ਼ਰ ਦੇ ਸਪਰੇਅ 1-2 ਦਿਨ ਬਾਅਦ ਬਾਜ਼ਾਰਾਂ ਅਤੇ ਮੁਹੱਲੇ ਵਿੱਚ ਕਰਨ ਦੇ ਹੁਕਮ ਦਿੱਤੇ ਜਾਣ। ਠੀਕ ਹੈ, ਬਿਲਕੁਲ ਜੀ, ਇੱਕ ਆਪਣੇ ਕੋਲ ਇਸ ਟਾਈਮ ਜ਼ਿਲ੍ਹੇ 'ਚ 3 ਤਰ੍ਹਾਂ ਦੇ ਸੈਂਪਲਿੰਗ ਦੇ ਪ੍ਰੋਸੀਜਰਸ ਚੱਲ ਰਹੇ ਹਨ। 1 ਇਜ਼ ਰੈਪਿਡ ਐਂਟੀਜਨ ਟੈਸਟ, ਜਿਹਦੀ ਰਿਪੋਰਟ ਤੁਹਾਨੂੰ 1/2 ਘੰਟੇ 'ਚ ਮਿਲਦੀ ਹੈ। 2 ਇਜ਼ RT-PCR ਟੈਸਟ, ਜਿਹਦੀ ਰਿਪੋਰਟ ਤੁਹਾਨੂੰ ਉਹੀ ਜਿਹੜੇ 24-48 ਆਵਰਸ ਔਰ ਸਮਟਾਈਮਸ 3 ਦਿਨਾਂ ਦੇ ਅੰਦਰ ਮਿਲਦੀ ਹੈ। 3 ਹੈ ਟਰੂਨੈਟ ਟੈਸਟ, ਜਿਹਦੀ ਰਿਪੋਰਟ 3-4 ਘੰਟੇ ਦੇ ਅੰਦਰ ਮਿਲਦੀ ਹੈ। ਰੈਪਿਡ ਐਂਟੀਜਨ ਟੈਸਟ ਨਾ ਕੀਤੇ ਜਾਣ ਤਾਂ ਮੈਨੂੰ ਐਕਚੁਲੀ ਰੀਜ਼ਨ ਕੁਛ ਸਮਝ ਨਹੀਂ ਹੈ ਕਿ ਕਿਉਂ ਨਾ ਕੀਤੇ ਜਾਣ। RT-PCR ਕੀਤੇ ਜਾਣ, RT-PCR ਇਸ ਟਾਈਮ ਜ਼ਿਲ੍ਹੇ ਦੀ ਤੁਸੀਂ ਜੇ ਗੱਲ ਕਰਾਂਗੇ ਆਪਾਂ, ਤਾਂ ਸਾਡੇ ਮੈਕਸੀਮਮ ਟੈਸਟ ਜਿਹੜੇ ਹੈ RT-PCR ਹੀ ਹੋ ਰਹੇ ਹੈ। ਰੈਪਿਡ ਐਂਟੀਜਨ ਹਜੇ ਥੋੜ੍ਹਾ ਘੱਟ ਹੀ ਨੰਬਰ ਸਾਡਾ ਚੱਲ ਰਿਹਾ ਹੈ, ਕਰੀਬਨ 20-25% ਹੀ ਚੱਲ ਰਹੇ ਹੋਣਗੇ, ਬਾਕੀ ਸਾਡਾ ਮੈਕਸੀਮਮ RT-PCR ਹੀ ਚੱਲ ਰਿਹਾ ਹੈ। ਜਿਹੜਾ ਤੁਸੀਂ ਕਹਿ ਰਹੇ ਹੋ ਸਪਰੇਅ ਐਂਡ ਆਲ ਮੁਹੱਲਿਆਂ 'ਚ ਕਰਾਏ ਜਾਣ, ਉਹਦੇ ਲਈ ਅਫਕੋਰਸ ਵੀ ਹੈਵ ਸੈਂਡ ਦਾ ਇਨਫੋਰਮੇਸ਼ਨ ਟੂ ਦਾ ਕਾਰਪੋਰੇਸ਼ਨ ਆਲਸੋ, ਖਾਸ ਕਰ ਅਰਬਨ ਏਰੀਆ 'ਚ ਮੁਹੱਲਿਆਂ ਵਗੈਰਾ 'ਚ ਸਪਰੇਅ ਵਗੈਰਾ ਕੀਤੇ ਜਾਣ, ਉਹ ਨਾਲ ਨਾਲ RDP ਨੂੰ ਵੀ ਕਹਿ ਰਹੇ ਹਾਂ, ਵਿਲ ਗੈਟ ਦਾ ਨੀਡਫੁਲ ਟੈਨਲ ਦੈਟ। ਅਗਲਾ ਕੁਸ਼ਚਨ ਹੈ ਫਰੋਮ ਭੂਮੀ ਕਸ਼ਪ, ਕਪੂਰਥਲਾ ਜ਼ਿਲ੍ਹੇ ਵਿੱਚ ਜੇਕਰ ਕੋਈ ਕਰੋਨਾ ਪੋਜ਼ਿਟਿਵ ਨਿਕਲ ਆਵੇ, ਉਹ ਕਿਸ ਤਰ੍ਹਾਂ ਘਰ ਦੇ ਵਿੱਚ ਇਕਾਂਤਵਾਸ ਰਹਿ ਸਕਦਾ ਹੈ, ਅਤੇ ਜੋ ਪੰਜਾਬ ਸਰਕਾਰ ਵੱਲੋਂ ਕਰੋਨਾ ਕਿੱਟ ਕਿਵੇਂ ਅਤੇ ਕਿਸ ਕੋਲੋਂ ਮਿਲ ਸਕਦੀ ਹੈ, ਅਤੇ ਜੇਕਰ ਉਹ ਹਸਪਤਾਲ ਨਾ ਜਾਣਾ ਚਾਹੁੰਦਾ ਹੋਵੇ ਤਾਂ ਉਸਦੇ ਕੀ ਹੱਕ ਹਨ, ਤਾਂ ਜੋ ਉਹ ਹਸਪਤਾਲ ਨਾ ਜਾਵੇ ਅਤੇ ਘਰ ਵਿੱਚ ਹੀ ਆਪਣਾ ਇਲਾਜ ਕਰੇ। ਹੋਮ ਕੁਆਰੰਟੀਨ ਲਈ, ਦੈਟ ਮੀਨਸ ਘਰ 'ਚ ਜੇ ਤੁਸੀਂ ਇਕਾਂਤਵਾਸ ਕਰਨਾ ਚਾਹੁੰਦੇ ਹੋ, ਉਹਦੇ ਲਈ ਸਿੰਪਲ ਜਿਹਾ ਹੁਣ ਸਿਸਟਮ ਪੰਜਾਬ ਸਰਕਾਰ ਨੇ ਕਰਤਾ ਹੈ। ਜੇ ਤੁਸੀਂ ਜਿਸ ਟਾਈਮ ਟੈਸਟ ਦਿੰਦੇ ਹੋ ਉਸ ਟਾਈਮ ਹੀ ਅੰਡਰਟੇਕਿੰਗ ਬੇਸਿਕਲੀ ਲੈ ਲੈਂਦੇ ਹਨ,
ਨਹੀਂ ਤਾਂ ਤੁਹਾਨੂੰ ਪੁੱਛ ਲੈਂਦੇ ਹੈ ਨਾਲ ਹੀ ਕਿ ਤੁਸੀਂ ਇਕਾਂਤਵਾਸ 'ਚ ਰਹਿਣਾ ਚਾਹੋਗੇ ਜੇ ਪੋਜ਼ਿਟਿਵ ਆ ਗਏ ਜਾਂ ਫਿਰ ਫੈਸਿਲਿਟੀ 'ਚ ਸ਼ਿਫਟ ਹੋਗੇ। ਤੁਹਾਡੇ ਮਾਈਲਡ ਸਿਮਟਮਸ ਹੈ, ਏਸਿਮਟੋਮੈਟਿਕ ਹੋ, ਘਰ 'ਚ ਰਹੋ, ਈਵਨ ਕੋਮੋਬਿਡ ਓਲਡ ਪੀਪਲ ਪ੍ਰੈਗਨੈਂਟ ਲੇਡੀਜ਼, ਜੇ ਤੁਸੀਂ ਮਾਈਲਡ ਸਿਮਟਮਸ ਵਾਲੇ ਹੋ ਘਰ 'ਚ ਰਹੋ, ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਤੁਹਾਨੂੰ ਉਹਦੇ ਲਈ ਆਪਣੇ ਜਿਹੜੇ ਵਾਈਟਲਸ ਹੈ ਉਹ ਦਿਨ 'ਚ 3 ਵਾਰੀ ਨੋਟ ਕਰਾਉਣੇ ਹੁੰਦੇ ਹੈ, ਉਹ ਨੰਬਰ ਸ਼ੇਅਰ ਕੀਤੇ ਗਏ ਹੈ ਇੱਕ ਵਾਰੀ ਦੁਬਾਰਾ, ਕਿਉਂਕਿ ਆਹ ਕੁਸ਼ਚਨ ਵਾਰ ਵਾਰ ਆ ਰਿਹਾ ਹੈ। ਆਪਾਂ ਦੁਬਾਰਾ DPRO ਦੇ ਪੇਜ ਦੇ ਉੱਤੇ ਉਹ ਸਾਰੇ ਨੰਬਰਸ ਵੀ ਲਿਖ ਦੇਵਾਂਗੇ ਜਿੱਥੇ ਤੁਸੀਂ ਆਪਣੇ ਵਾਈਟਲਸ ਨਾਲ ਨਾਲ ਦੇ ਸਕਦੇ ਹੋ। ਨਾਲ ਤੁਹਾਨੂੰ ਹੋਮ ਆਈਸੋਲੇਸ਼ਨ ਲਈ ਸਾਡੇ NCC ਕਾਡਰਸ ਤੋਂ ਕਾਲਸ ਵੀ ਆਉਣਗੀਆਂ, ਆ ਰਹੀਆਂ ਹੋਣਗੀਆਂ। ਜੇ ਉਹਦੇ ਨਾਲ ਨਾਲ, ਕਿਉਂਕਿ 14 ਤੋਂ 17 ਦਿਨ ਦਾ ਇਕਾਂਤਵਾਸ ਇੱਕ ਕਿਸਮ ਦਾ ਰਹਿੰਦਾ ਹੈ, ਤਾਂ ਕਾਫੀ ਤਰ੍ਹਾਂ ਦੀ ਬੰਦੇ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ। ਉਹਦੇ ਨਾਲ ਨਾਲ ਕਾਉਂਸਲਿੰਗ ਕਾਲਸ ਵੀ ਸਟਾਰਟ ਹੋ ਗਈਆਂ ਹੈ, ਤੁਹਾਡੇ ਨਾਲ ਨੰਬਰ ਸ਼ੇਅਰ ਕੀਤੇ ਗਏ ਹੈ। ਆਪਾਂ ਦੁਬਾਰਾ ਅੱਜ ਪੇਜ 'ਤੇ ਦੁਬਾਰਾ ਨੰਬਰ ਸ਼ੇਅਰ ਕਰਾਂਗੇ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ, ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਮੂਡ ਖਰਾਬ ਹੋ ਰਿਹਾ ਹੋਏ, ਐਂਗਜ਼ਾਇਟੀ ਹੋਏ, ਤੁਸੀਂ ਉੱਥੇ ਗੱਲ ਕਰ ਸਕਦੇ ਹੋ ਸਾਡੇ ਸਾਈਕੋਲੋਜਿਸਟ ਨਾਲ। ਅਤੇ ਜਿਹੜੀ ਹੈ ਹੋਮ ਆਈਸੋਲੇਸ਼ਨ ਕਿੱਟਸ ਹੈ, ਹੋਮ ਆਈਸੋਲੇਸ਼ਨ ਕਿੱਟਸ ਹੁਣ ਆਪਣੇ ਜ਼ਿਲ੍ਹੇ 'ਚ ਆ ਗਈ ਹੈ। ਸਾਰੀ ਹੋਮ ਆਈਸੋਲੇਸ਼ਨ ਕਿੱਟਸ ਪਹਿਲੇ ਸਿਵਲ ਹਸਪਤਾਲ 'ਚ ਆਉਂਦੀ ਹੈ, ਸਿਵਲ ਹਸਪਤਾਲ ਉੱਥੋਂ ਹਰੇਕ SMO ਨੂੰ ਡਿਸਟ੍ਰੀਬਿਊਟ ਕਰ ਦਿੰਦੇ ਹੈ। SMO ਅੱਗੇ ਆਪਣੇ ਸਟਾਫ, ਆਸ਼ਾ ਵਰਕਰਸ, ANMs, ਮਲਟੀਪਰਪਜ਼ ਹੈਲਥ ਵਰਕਰਸ, ਉਹਨਾਂ ਦੇ ਥਰੂ ਹੋਮ ਆਈਸੋਲੇਸ਼ਨ ਕਿੱਟਸ ਜਿਹੜੇ ਹੋਮ ਆਈਸੋਲੇਸ਼ਨ ਪੇਸ਼ੈਂਟਸ ਹੈ ਉਹਨਾਂ ਨੂੰ ਦੇਣਾ ਸਟਾਰਟ ਕਰ ਚੁੱਕੇ। ਨੈਕਸਟ ਕੁਸ਼ਚਨ ਹੈ ਜੀ ਫਰੋਮ ਸੋਨਾਲੀ ਸ਼ਰਮਾ ਐਂਡ ਪੂਨਮ, ਵਟ ਅਬਾਊਟ ਸਕੂਲ? ਸਕੂਲ ਦਾ ਜੀ ਹਜੇ ਰੈਗੂਲਰ ਕਲਾਸਿਸ ਦਾ ਆਪਣੇ ਕੋਲ ਕੋਈ ਨਵਾਂ ਨੋਟੀਫਿਕੇਸ਼ਨ ਨਹੀਂ ਆਇਆ ਹੈ, ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਨਹੀਂ ਹੋਇਆ ਹੈ। ਹਜੇ ਸਿਰਫ 9ਵੀਂ ਤੋਂ 12ਵੀਂ ਕਲਾਸ ਦੇ ਬੱਚੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਿਲੇਬਸ 'ਚ ਡਾਊਟ ਹੈ, ਜਿਹੜੀ ਕਲਾਸਿਸ ਔਨਲਾਈਨ ਚੱਲ ਰਹੀਆਂ ਉਹਦੇ 'ਚ ਕੋਈ ਡਾਊਟ ਹੈ, ਅਤੇ ਆਪਣੇ ਪੇਰੈਂਟਸ ਦੀ ਲਿਖਤੀ ਅੰਡਰਟੇਕਿੰਗ ਨਾਲ ਉਹ ਸਕੂਲ 'ਚ ਕੁਝ ਘੰਟੇ ਲਈ ਜਾ ਕੇ ਆਪਣੇ ਟੀਚਰਸ ਤੋਂ ਕੁਐਰੀਜ਼ ਕਲੀਅਰ ਕਰਵਾ ਸਕਦੇ ਹਨ। ਨੈਕਸਟ ਕੁਸ਼ਚਨ ਹੈ ਜੀ ਫਰੋਮ ਮਿਸਟਰ ਮਨਿੰਦਰ ਪਾਲ, ਜਿਨ੍ਹਾਂ ਲੋਕਾਂ ਨੂੰ ਹੋਮ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ, ਪ੍ਰਸ਼ਾਸਨ ਇਹ ਕਿਸ ਤਰ੍ਹਾਂ ਸੁਨਿਸ਼ਚਿਤ ਕਰ ਰਿਹਾ ਹੈ ਕਿ ਉਹ ਲੋਕ ਸੱਚਮੁੱਚ ਨਿਯਮਾਂ ਦੀ ਪਾਲਣਾ ਕਰ ਰਹੇ ਹਨ? ਕੀ ਕੋਈ GPS ਬੈਂਡ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਾਂ ਕੋਈ ਅਧਿਕਾਰੀ ਨਿਯਮਿਤ ਰੂਪ ਨਾਲ ਨਿਗਰਾਨੀ ਕਰਦਾ ਹੈ? ਇਹਦੇ ਲਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਿ ਪੰਜਾਬ ਸਰਕਾਰ ਨੇ ਕੋਵਾ ਐਪ ਬਣਾਈ ਹੋਈ ਹੈ, ਜਿਨ੍ਹਾਂ ਨੂੰ ਵੀ ਕੁਆਰੰਟੀਨ ਦਾ ਆਪਾਂ ਕਹਿੰਦੇ ਹਾਂ, ਕਿਉਂਕਿ ਇਸ ਟਾਈਮ 'ਤੇ ਜੇ ਕੁਆਰੰਟੀਨ ਦੀ ਗੱਲ ਕਰੀਏ, ਕੁਆਰੰਟੀਨ NRIs ਹੀ ਮੋਸਟਲੀ ਹੋ ਰਹੇ ਹਨ, ਉਹਨਾਂ ਨੂੰ ਕਿਹਾ ਹੋਇਆ ਹੈ ਕਿ ਦੇ ਹੈਵ ਟੂ ਡਾਊਨਲੋਡ ਦਾ ਕੋਵਾ ਐਪ। ਕੋਵਾ ਐਪ 'ਚ ਬਲੂਟੂਥ ਔਨ ਹੁੰਦਾ ਹੈ, ਜੇ ਉਹਨਾਂ ਦੀ ਮੂਵਮੈਂਟ ਆਪਣੇ ਏਰੀਏ ਤੋਂ ਆਪਣੇ ਘਰ ਤੋਂ ਬਾਹਰ ਹੁੰਦੀ ਹੈ, ਦੈਨ ਦਿਸ ਇਜ਼ ਰਿਫਲੈਕਟਡ ਇਨ ਦਾ ਸੈਂਟਰਲਾਈਜ਼ ਸਿਸਟਮ ਐਂਡ ਅਕੋਰਡਿੰਗਲੀ ਵੀ ਕਮ ਟੂ ਨੋ। ਉਹਦੇ ਨਾਲ ਨਾਲ ਸੈਕਟਰ ਆਫਿਸਰਸ ਵੀ ਹਰ ਏਰੀਏ ਦੇ ਲਗਾਏ ਗਏ ਹੈ, ਫਰੋਮ ਦਾ ਲੋਕਲ ਪੁਲਿਸ, ਫਰੋਮ ਈਵਨ ਫਰੋਮ ਦਾ ਨੇਬਰਸ ਵੀ ਕਮ ਟੂ ਨੋ ਕਿ ਜੇ ਕੋਈ ਇਸ ਤਰ੍ਹਾਂ ਦੀ ਹੋਮ ਕੁਆਰੰਟੀਨ ਦੇ ਨੋਰਮਸ ਨੂੰ ਉਹਦੀ ਉਲੰਘਣਾ ਕਰਦਾ ਹੈ। ਕਿਸੇ ਤਰ੍ਹਾਂ ਦਾ ਹੱਥਾਂ 'ਚ GPS ਬੈਂਡ ਜਾਂ ਪੈਰਾਂ 'ਚ GPS ਬੈਂਡ ਨਹੀਂ ਲਗਾਇਆ ਹੋਇਆ ਹੈ, ਬਿਕੋਜ਼ ਆਈ ਥਿੰਕ ਵੀ ਸ਼ੁੱਡ ਐਕਟ ਐਜ਼ ਅ ਰਿਸਪੋਂਸੀਬਲ ਸਿਟੀਜ਼ਨ, ਦਿਸ ਇਜ਼ ਮੋਸਟ ਇੰਪੋਰਟੈਂਟ। ਇਸ ਤਰ੍ਹਾਂ ਦੇ GPS ਬੈਂਡ ਦੀ ਲੋੜ ਨਹੀਂ ਹੈ, ਬਟ ਯੈਸ ਕੋਵਾ ਐਪ ਦਾ ਪ੍ਰੋਵੀਜ਼ਨ ਇਜ਼ ਦੇਅਰ ਵਿਚ ਹੈਜ਼ ਦਾ ਬਲੂਟੂਥ ਥਿੰਗ ਐਂਡ ਵੀ ਹੈਵ ਅ ਵੈਰੀ ਵਿਜਲ ਨੇਬਰਹੁੱਡ ਐਂਡ ਆਈ ਅਸਿਊਮ ਕਿ ਦਾ ਵਿਜਲ ਨੇਬਰਹੁੱਡ ਵਿਲ ਹੈਲਪ ਅਸ ਇਨ ਟੈਲਿੰਗ ਦ ਰਾਈਟ ਇਨਫੋਰਮੇਸ਼ਨ। ਨੈਕਸਟ ਕੁਸ਼ਚਨ ਹੈ ਜੀ ਫਰੋਮ ਮਿਸਟਰ ਕਮਲਦੀਪ ਸਿੰਘ, ਮਿਸਟਰ ਕਮਲਦੀਪ ਸਿੰਘ ਵਾਂਟਸ ਟੂ ਨੋ ਅਬਾਊਟ ਦਾ ਕੁਆਰੰਟੀਨ ਰੂਲਸ ਫੋਰ ਦਾ ਫੋਰਨਰਸ ਕਮਿੰਗ ਫਰੋਮ UK ਟੂ ਕਪੂਰਥਲਾ ਵਿਦ OCI ਕਾਰਡ, ਇਫ ਦੇ ਬ੍ਰਿੰਗ ਕੋਰੋਨਾ ਨੈਗੇਟਿਵ ਰਿਪੋਰਟ ਲੈਸ ਦੈਨ 96 ਆਵਰਸ ਬਿਫੋਰ ਫਲਾਈਟ, ਵਿਲ ਦੇ ਬੀ ਏਬਲ ਟੂ ਕੁਆਰੰਟੀਨ ਹੋਮ? ਜੀ ਬਿਲਕੁਲ, ਇਫ ਯੂ ਬ੍ਰਿੰਗ ਯੋਰ ਕੋਰੋਨਾ ਟੈਸਟ ਨੈਗੇਟਿਵ ਰਿਪੋਰਟ 96 ਆਵਰਸ ਬਿਫੋਰ ਦਾ ਫਲਾਈਟ, ਨਾਓ ਯੂ ਨੀਡ ਟੂ ਜਸਟ ਅਪਲੋਡ ਦੈਟ ਹੋਲ ਰਿਪੋਰਟ ਔਨ ਟੂ ਦਾ ਅੰਬੈਸੀ ਸਾਈਟ ਐਂਡ ਇਟ ਗੈਟਸ ਦਾ clearance from the government of India, right? And hamare paas bhi information aati hai, and then you can easily be quarantined at home. Even otherwise, if you are coming here, you have the 96 hours prior corona test negative report, then you will be quarantined at home. That won't be an issue, provided you have a separate room and separate washroom attached with that particular place. So it is easy for the home quarantine process.
लास्ट एक क्वेश्चन आ रहा है फ्रॉम मिस्टर प्रभदयाल सिंह, मैम स्कूल फीस इशू का की सोल्यूशन होया है, गवर्नमेंट ऑफ पंजाब इसलिए की कर रही है। तुहानू पता ही है कि यह मसला हजे कोर्ट से चल रहा है, जो भी अगे उहदे विच होएगा वी विल लैट यू नो, तुहानू पता चल जाएगा। इन द मेन टाइम जिहड़ी गल चल रही है कि ऑनलाइन क्लासिस चलनगियां, ऑनलाइन क्लासिस चल रही हैं, किसी स्कूल नूं हजे इस तरह का नहीं है कि वह कंपलसरी फीस ले। तो जे इस तरह की कोई कंप्लेंट है असी एक्शन भी करते हैं, जे कोई होर होएगी तो असी होर भी एक्शन करांगे। ओके, सो एक क्वेश्चन मेरे पास आया है फ्रॉम मिस्टर विशाल बहल, अगर कोरोना पेशेंट आ जाता है तो हॉस्पिटल को कितने पैसे मिलते हैं या डॉक्टर को क्या मिलता है सरकार से? ऐसा कुछ नहीं है कि हॉस्पिटल को कुछ पैसा मिलता है अलग से या कुछ ऐसा है। एक हॉस्पिटल को आप लेवल टू में ऑफ कोर्स ऐसे कोई जा नहीं सकता, सिर्फ पॉजिटिव पेशेंट ही जाते हैं। वहाँ पे ऑक्सीजन सप्लाई का हमने सारा प्रोविजन किया, वो सारा जो हमारे पास कोविड 19 मैनेजमेंट के फंड्स हैं उसमें से रेगुलेट कर रहे हैं। ऐसा कुछ नहीं है कि एक हॉस्पिटल को कोई अलग से पैसे मिल रहे हों पर पेशेंट, पर पॉजिटिव पेशेंट आने के लिए। प्लीज़, ऐसा कुछ भी नहीं है। ये हम सबकी इस समय ड्यूटी है, हम इस ड्यूटी को कर रहे हैं। ऐसा कुछ नहीं है कि उसके लिए कुछ अलग से पैसे आ रहे हैं पर पॉजिटिव पेशेंट के लिए। प्लीज़ इस चीज़ को अपने जहन से निकालिए। ये एक प्रॉब्लम आजकल फैली हुई है, पेंडेमिक फैला हुआ, जिसके लिए सरकार हर कोशिश कर रही है, फंड्स मुहैया करवा रही है हमें कि हम फैसिलिटी को बेटर कर सकें। सो आई होप कि वी आर एबल टू सॉल्व सम ऑफ योर क्वेरीज। फिर भी जेकर थोड़े कोई क्वेश्चन होंगे प्लीज़ फील फ्री टू पुट इट ऑन द पेज, एनी कोविड रिलेटेड। बट अपने जहन तो किसी तरह का भी कोई डाउट है उन्हों कड़ो। जे अज की तरीक च आप सैंपलिंग ज़्यादा कर रहे हाँ वो थोड़े लिए कर रहे हाँ, आज जिन्हें भी उपराले कर रहे हैं सिर्फ थोड़े लिए ही कर रहे हैं, और किसी लिए नहीं हो रहे। किसी तरह की र्यूमर से ना जाओ, सारी सिर्फ मनगढ़ंत कहानियाँ हैं, कुछ इस तरह की गल नहीं है। इलाज कोई श्योर शॉट हजे कोई वैक्सीन नहीं है, इसलिए प्रिवेंशन इज़ द ओनली मेन ऑप्शन। ता ही बार बार असी कहते हाँ कि मास्क नू पाओ, हाथों नू धो, सोशल डिस्टेंस मेनटेन करके रखो। जिन्नी देर तक आ प्रॉब्लम फैलती है उन्नी देर तक सारिया का ही नुकसान है, साड़ी हेल्थ का तो नुकसान है। सोशल सैटअप असी मिलना जुलना घट हो गया है, उस तो इलावा इकोनमी का बड़ा नुकसान होता है। बट उस चीज़ नू चलान ले भी सानू ही बदलना पेगा अपने आप नू। वी हैव टू अडैप्ट आवर सेल्फ इन दिस न्यू नॉर्मल टिल देयर इज़ नो वैक्सीन। तो फिर प्लीज़ काइंडली इस बारे थोड़ा जहा अपने आप नू भी जागरूक रखो, अपने आस पास वाले नू भी जागरूक रखो। एक क्वेश्चन और मेरे पास आया है, मैं एक वो क्वेश्चन ज़रूर लूँगी। कोविड पेशेंट के लिए जलंधर के हॉस्पिटल में जो पैकेज सिस्टम चल रहा है वो क्या गवर्नमेंट की गाइडलाइंस पे है, 15K विदाउट वेंटिलेटिंग? देखिए, गवर्नमेंट की गाइडलाइंस इसके ऊपर बिल्कुल क्लियर आई हुई हैं कि विद वेंटिलेटर वाले रूम का क्या कॉस्ट पड़ेगा, रूम का एंड अदर मेडिसिन मिला के टोटल क्या कॉस्ट पड़ेगा, विदाउट वेंटिलेटर रूम का लेवल टू फैसिलिटी का क्या कॉस्ट पड़ेगा, एंड विद ऑल द कंज्यूमेबल्स एंड ऑल कितना कॉस्ट पड़ेगा। देर इज अ क्लियर कट गाइडलाइन इन टू दैट। इफ़ यू वॉन्ट देन वी कैन शेयर दैट, द नोटिफिकेशन ऑन द DPRO वेबसाइट ओनली, विल शेयर दिस विद यू। आपको एकदम चीज़ें क्लियर हो जाएंगी। बाई चांस अगर आपको लग रहा है कि कोई हॉस्पिटल उससे भी ज़्यादा चार्ज कर रहे हैं तो प्लीज़ ब्रिंग इट इन आवर नोटिस। वन वेरी इंटरेस्टिंग क्वेश्चन, आई एम सॉरी मैं इसको बार बार इंक्रीज करी जा रही हूँ, बट देन देर आर मेनी लाइव क्वेश्चन विच आर कमिंग। If only one family is staying in same home having meals together, but then why they can't go more than 3 in a single car and why there is no rule for buses? Alright. So, इस समय जो रूल चल रहा है वो यही चल रहा है कि एक गाड़ी में 3 लोग बैठेंगे। Let us see, इसमें कोई चेंज आता है तो we will let you know about it. बट थोड़ा सा मैं कार का ये बोलना चाहूँगी, एक चीज़ का ध्यान रखिएगा हमेशा, कार में AC जब ऑन होता है खिड़कियाँ बंद होती हैं तो हवा अंदर ही घूम रही होती है, विच बिकम्स अ वेरी बिग सोर्स ऑफ इन्फेक्शन। सो माई हम्बल एडवाइस टू यू एंड रिक्वेस्ट टू यू इज़ कि प्लीज़ गाड़ी में जब बैठते हैं ना तो AC चल रहा होता है तो खिड़कियाँ ज़रूर खोल के रखिएगा, सो दैट क्रॉस वेंटिलेशन होती रहे।
अभी रूल जो चल रहा है, रूल में कोई चेंज होगा तो वी विल लेट यू नो अबाउट इट, राइट? सो आई थिंक और भी कुछ आपके क्वेश्चन होंगे, प्लीज शेयर विद अस, वी विल बी हैप्पी टू आंसर ऑल ऑफ देम। एंड प्लीज बी सेफ, अपने आप का ख्याल रखो, अपने घर वालों का ख्याल रखो, बुजुर्गों का, कोमोर्बिडिटीज का ख्याल रखो। जिहड़ा सहयोग तुसी एडमिनिस्ट्रेशन नूं दे रहे हो सैंपलिंग कराने लई, काइंडली उह सहयोग दो। इनू असी खुद ही इस सिचुएशन तो बाहर निकलना है, वो ताही असी बाहर निकल सकते हैं जे असी सारे मिलकर काम करिए। एंड वी एक्चुअली वॉन्ट मोर वॉलंटियर्स, मोर गुड एनजीओज हु कैन वर्क विद एडमिनिस्ट्रेशन, हु कैन हेल्प अस इन गेटिंग दिस इन्फॉर्मेशन थ्रू आउट द अवर डिस्ट्रिक्ट, राइट? थैंक यू सो मच, थैंक यू। फगवाड़ा दियां लेटेस्ट खबरां नूं सब तो पहला देखण लई फगवाड़ा प्राइम टाइम टीवी चैनल नूं सबसक्राइब करो एंड बैल आइकन नूं प्रेस करो।